ਕਿਸ ਕੁੰਮਣ ਕੇਰ ਚ ਫਸ ਗਏ ਆ ਨਾ ਜੀ ਹੋਵੇ ਨਾ ਮਰ ਹੋਏ ਹਰ ਤਰਫ ਤਪਦੀਆਂ ਲੋਹਾ ਨੇ ਇੱਕ ਪੈਰ ਅਗਾ ਨਾ ਧਰ ਹੋਏ ਮੈਂ ਦੇ ਦੇ ਦਸਤਖਾਰ ਗਿਆ ਹਰ ਪਾਸੇ ਹੀ ਦੀਵਾਰਾਂ ਨੇ ਮੈਂ ਕਿੱਥੇ ਬੈਠੇ ਆਰਾਮ ਕਰਾਂ ਕੋਈ ਤਾਂ ਖੁੱਲਾ ਦਰ ਹੋਏ ਰੋਣਾ ਕੁਰਲਾਉਣਾ ਸੁਣ ਸੁਣ ਕੇ ਇਹ ਤਨ ਮਨ ਪੱਥਰ ਹੋ ਚੱਲਿਆ ਕੜਪਾਟ ਜਾਣ ਤੇ ਗੱਲ ਪਹੁੰਚੀ ਹੁਣ ਹੋਰ ਸਿੱਤਮ ਨਾ ਜਰ ਹੋਏ ਰਾਹਾਂ ਦੀ ਧੂੜ ਪਿਆਸ ਬੜੀ ਰਾਹਾਂ ਦੀ ਧੂੜ ਪਿਆਸ ਬੜੀ ਨਾ ਬਹਿ ਸਕੀਏ ਨਾ ਤਰ ਸਕੀਏ ਹੁਣ ਸ਼ਹਿਰ ਸਮੁੰਦਰ ਖਾਰੇ ਚੋਂ ਘੁੱਟ ਪਾਣੀ ਦੀ ਨਾ ਪਰ ਹੋਏ ਇਸ ਯੁੱਗ ਦਾ ਨਾਇਕ ਦਵਾਚ ਗਿਆ ਇਸ ਯੁੱਗ ਦਾ ਨਾਇਕ ਦਵਾਚ ਗਿਆ ਖਲ ਨਾਇਕਾ ਨੇ ਸਿਰਤਾਜ ਧਰੇ ਇਸ ਰਿੰਗਣ ਹਾਰੀ ਬਸਤੀ ਵਿੱਚ ਕਿਉਂ ਵਰਮੀ ਵਰਗੇ ਘਰ ਹੋਏ ਸਾਹਾਂ ਨੂੰ ਸੂਤ ਨਿਟral ਕਰਨ ਤੇ ਚੱਟ ਜਾਂਦੇ ਨੇ ਰੂਹਾਂ ਨੂੰ ਸੱਜਣਾ ਦੇ ਪੇਖ ਚ ਵੇਖ ਲਵੋ ਕਿੱਦਾਂ ਦੇ ਚਾਰਾਗਰ ਹੋਏ ਮੈਂ ਜਦ ਤੱਕ ਚੁਗਾ ਚੁਗਦਾ ਸੀ ਕੋਈ ਟੋਟ ਨਹੀਂ ਸੀ ਚੂਰੀ ਦੀ ਪਰਵਾਜ਼ ਭਰੀ ਤਾਂ ਵੇਖ ਲਵੋ ਅੱਜ ਵੈਰੀ ਮੇਰੇ ਪਰ ਹੋਏ ਗਰਜ਼ਾਂ ਤੋਂ ਫਰਜ਼ਾਂ ਤੀਕ ਸਫਰ ਮੀਲਾਂ ਵਿੱਚ ਮਿਲਣਾ ਸਹਿਲ ਨਹੀਂ ਗਰਜ਼ਾਂ ਤੋਂ ਫਰਜ਼ਾਂ ਤੀਕ ਸਫਰ ਮੀਲਾਂ ਵਿੱਚ ਮਿਲਣਾ ਸਹਿਲ ਨਹੀਂ ਤਲੀਆਂ ਤੇ ਸੀਸ ਨਹੀਂ ਟਿਕਦਾ ਜੇ ਖਲੜੀ ਦੇ ਵਿੱਚ ਡਰ ਹੋਏ ਇੱਕ ਆਮ ਸਧਾਰਨ ਬੰਦੇ ਦੀ ਆਵਾਜ਼ ਜਦੋਂ ਪਰਵਾਜ਼ ਭਰੇ ਧਰਤੀ ਵੀ ਸੌੜੀ ਲੱਗਦੀ ਹੈ ਫਿਰ ਅੰਬਰਾਂ ਦੇ ਵਿੱਚ ਘਰ ਹੋਏ ਮੈਂ गिर ਜਾਣਾ ਕਬਰਾ ਜਾਣਾ ਆਪਣੀ ਤਾਂ ਦੂਰ ਚਲਾ ਜਾਣਾ ਫਿਰ ਮੁੜਾਉਣਾ ਜਦ ਸਮਝ ਲਵਾਂ ਕਿਤੇ ਮੰਨ ਦਾ ਹੀ ਨਾ ਡਰ ਹੋਏ ਕਿਸ ਘੁੰਮਣ ਕੇਰ ਚ ਫਸ ਗਏ ਆ ਨਾ ਜੀ ਹੋਏ ਨਾ ਮਰ ਹੋਏ